ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ اجلاس ਦੇ ਦੌਰਾਨ ਜੋ ਖੇਤੀ ਬਿੱਲ ਪਾਸ ਕੀਤੇ ਗਏ ਨੇ ਉਸ ਨੂੰ ਲੈ ਕੇ ਵੱਖ-ਵੱਖ ਪ੍ਰतिकਰਮ ਜਿਹੜੇ ਨੇ ਉਹ ਸਿਆਸਤਦਾਨਾਂ ਦੇ ਸਾਹਮਣੇ ਆ ਰਹੇ ਨੇ ਮਰੂਧੀਆਂ ਦੇ ਵੱਲੋਂ ਜਿੱਥੇ ਸਵਾਲ ਚੁੱਕੇ ਗਏ ਇਸ ਤੇ ਕਿ ਇਹ ਜਿਹੜਾ ਨੇਪਰੇ ਚੜੇਗਾ ਜਾਂ ਫਿਰ ਨਹੀਂ ਤਾਂ ਉੱਥੇ ਹੀ ਜੋ ਕਾਂਗਰਸ ਦੇ ਆਕੂ ਨੇ ਕਾਂਗਰਸ ਦੇ ਜੋ ਵਿਧਾਇਕ ਨੇ ਜਾਂ ਸੰਸਦ ਮੈਂਬਰ ਨੇ ਉਸ ਨੂੰ ਲੈ ਕੇ ਕੀ ਖੁਸ਼ ਕਰ ਰਹੇ ਨੇ ਉਹ ਵੀ ਸੁਣਦੇ ਆ ਜਿਹੜੇ ਬਿੱਲ ਲਿਆਂਦੇ ਗਏ ਜਿਸ ਨੂੰ ਆਵਾਦੀ ਪਾਰਟੀ ਨੇ ਵੀ ਸਹਿਮਤੀ ਦਿੱਤੀ ਤੇ ਅਕਾਲੀ ਦਲ ਨੇ ਵੀ ਜਿਹੜੀ ਸਹਿਮਤੀ ਦਿੱਤੀ ਹੈ ਸਾਡੇ ਨਾਲ ਕਾਂਗਰਸ ਦੇ ਐਮਪੀ ਗੁਰਜੀਤ ਵਾਜਲਾ ਮੌਜੂਦ ਹੈ ਗੱਲਬਾਤ ਕਰ ਲੈਣੇ ਸਰ ਆਵਾਦੀ ਪਾਰਟੀ ਨੇ ਸਹਿਮਤੀ ਦਿੱਤੀ ਅਕਾਲੀ ਦਲ ਨੇ ਦਿੱਤੀ ਕੀ ਲੱਗਦਾ ਕਿਉਂਕਿ ਕੱਲ ਕਿਸਾਨ ਜਥੇਬੰਦੀ ਦੀ ਮੀਟਿੰਗ ਹੈ ਕੀ ਕਿਸਾਨ ਜਥੇਬੰਦੀਆਂ ਨੂੰ ਸਹਿਮਤੀ ਹੋਊਗੀ ਇਸ ਬਿੱਲ ਨਾਲ ਦੇਖੋ ਇਹ ਜਿਹੜੇ ਬਿੱਲ ਨੇ ਇਹ ਕਿਸਾਨ ਜਥੇਬੰਦੀਆਂ ਨਾਲ ਜਿਹੜੀ ਕੈਪਟਨ ਸਾਹਿਬ ਦੀ ਮੀਟਿੰਗ ਹੋਈ ਸੀ ਉਹਦੇ ਤੋਂ ਬਾਅਦ ਵਿੱਚ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਗਿਆ ਉਦੋਂ ਵੀ ਪਤਾ ਸੀ ਜਿਹੜੀ ਗੱਲ ਅੱਜ ਕਹਿ ਰਹੇ ਕੁਝ ਨੁਕਤੇ ਕਿ ਰਾਜਪਾਲ ਸਾਇਨ ਨਹੀਂ ਕਰਨਗੇ ਉਦੋਂ ਵੀ ਪਤਾ ਸੀ ਕਿਉਂਕਿ ਰਾਜਪਾਲ ਜਿਹੜਾ ਨਾਮਿਨੇਟ ਕੀਤਾ ਗਿਆ ਇਹ ਕੇਂਦਰ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਔਰ ਬੀਜੇਪੀ ਗਵਰਨਮੈਂਟ ਵੱਲੋਂ ਕੀਤਾ ਗਿਆ ਹੈ ਪਰ ਅੱਜ ਇੱਛਾ ਸ਼ਕਤੀ ਤੇ ਯਾਰ ਹੋ ਗਈ ਨਾ ਪੰਜਾਬ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਾਹੇ ਦਰਿਆ ਦੇ ਪਾਣੀਆਂ ਦੀ ਗੱਲ ਕਰ ਲੋ 84 ਵੇਲੇ ਰਿਜ਼ਾਈਨ ਕਰਨ ਦੀ ਗੱਲ ਕਰ ਲੋ ਜਾਂ 17 ਚ ਜਦੋਂ ਮੈਂ ਬਾਈ ਇਲੈਕਸ਼ਨ ਚ ਉੱਥੋਂ ਲੜਿਆ ਅਮਰਸਰ ਤੋਂ ਉਦੋਂ ਪਾਣੀਆਂ ਦਾ ਜਿਹੜਾ ਫੈਸਲਾ ਸੀ ਸੁਪਰੀਮ ਕੋਰਟ ਚ ਅੰਗੇਸਟ ਆ ਇਹ ਤੇ ਸੀਐਮ ਸਾਹਿਬ ਨੇ ਉਦੋਂ ਵੀ ਰਿਜ਼ਾਈਨ ਕੀਤਾ ਸੀ ਔਰ ਅੱਜ ਵੀ ਫਲੋਰ ਤੇ ਉਹਨਾਂ ਨੇ ਡਟ ਕੇ ਕਿਹਾ ਕਿ ਜੇ ਇਹ ਸਮਝਣ ਮੈਨੂੰ ਵੀ ਪਤਾ ਹੈ ਕਿ ਰਾਜਪਾਲ ਸਾਈਨ ਨਹੀਂ ਕਰੇਗਾ ਤੇ ਮੈਂ ਅਸਤੀਫਾ ਵੀ ਜੇਬ ਚ ਪਾ ਕੇ ਬੈਠਾ ਮੈਂ ਅਸਤੀਫਾ ਵੀ ਦੇ ਦੇਗਾ ਕੋਈ ਘਬਰਾਉਣ ਦੀ ਲੋੜ ਨਹੀਂ ਕਿ ਮੈਂ ਇਹ ਸੋਚਣਗੇ ਕਿ ਸ਼ਾਇਦ ਇੱਕ ਸਟੈਪ ਰੱਖਤਾ ਜੀ ਉੱਥੇ ਤੁਸੀਂ ਕੂੜੇ ਸੜਦੇ ਹੋਗੇ ਇਦਾਂ ਨਹੀਂ ਹੋਏਗਾ ਮੈਂ ਕਿਸਾਨ ਦੇ ਨਾਲ ਖੜਾ ਹਾਂ ਮੈਂ ਖੇਤ ਮਜ਼ਦੂਰ ਦੇ ਨਾਲ ਖੜਾ ਹਾਂ ਮੈਂ ਪੰਜਾਬ ਦੇ ਨਾਲ ਖੜਾ ਹਾਂ ਔਰ ਇਹ ਜਿਹੜੀ ਗੱਲ ਹੈ ਕੋਈ ਅਜ ਪਹਿਲੀ ਨਹੀਂ ਨੀਗੀ ਕੈਪਟਨ ਸਾਹਿਬ ਨੂੰ ਇਸ ਕੇਸ ਕੰਮ ਲਈ ਕੈਪਟਨ ਸਾਹਿਬ ਦਾ ਨਾਮ ਵੈਸੀ ਹੀ ਜਾਣਿਆ ਜਾਂਦਾ ਵਜ੍ਹਾ ਹੈ ਜੇ ਸਟੇਟਸਮੈਨ ਉਹਨਾਂ ਨੇ ਜਿਹੜਾ ਬਿੱਲ ਲੈ ਕੇ ਆਏ ਆ ਔਰ ਸਾਰੀ ਕਾਂਗਰਸ ਪਾਰਟੀ ਨੇ ਪੂਰਨ ਤੌਰ ਤੇ ਸਮਰਥਨ ਕੀਤਾ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਸਮੁੱਚੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਹਨਾਂ ਨੇ ਵੀ ਇੱਕ ਸੁਰ ਦੇ ਨਾਲ ਕੈਪਟਨ ਜਿਹੜੀ ਬਿੱਲ ਲਿਆਇਆ ਬਿੱਲ ਲੈਂਦਾ ਉਹਨਾਂ ਦੀ ਤਾਰੀਫ ਵੀ ਕੀਤੀ ਆ ਔਰ ਉਹਨਾਂ ਦੇ ਨਾਲ ਸਪੋਰਟ ਤੇ ਖੜੇ ਵੀ ਨੇ ਉਹਦਾ ਸਭ ਇਨਾਂ ਵਿਲਾ ਦੇ ਵਿੱਚ ਜੋ ਕੇਂਦਰ ਕੇਂਦਰ ਵੱਲੋਂ ਤਿੰਨ ਬਿੱਲ ਪਾਸ ਕੀਤੇ ਸੀ ਉਹਨਾਂ ਉੱਪਰ ਕੰਡੀਸ਼ਨ ਲੱਗੀ ਉਹਨਾਂ ਨੇ ਐਮਐਸਪੀ ਐਡ ਨਹੀਂ ਕੀਤਾ ਸੀ ਪੰਜਾਬ ਸਰਕਾਰ ਕਹਿੰਦੀ ਜੇਕਰ ਐਮਐਸਪੀ ਤੇ ਨਹੀਂ ਚੱਕੂਗੀ ਫਸਲ ਤਾਂ ਜਿਹੜਾ ਉਹ ਲੱਗ ਉਹਨਾਂ ਨੂੰ 3 ਸਾਲ ਦੀ ਸਜ਼ਾ ਹੋਊਗੀ ਤੇ ਉਹਨਾਂ ਨੇ ਜੇਕਰ ਪ੍ਰਾਈਵੇਟ ਕੰਪਨੀ ਨਾਲ ਖਰੀਦ ਕਰਨੀ ਤਾਂ ਉਹਨਾਂ ਨੂੰ ਟੈਕਸ ਲੱਗੂਗਾ ਤੇ ਉਹਨਾਂ ਨੂੰ ਕੁਝ ਫੀਸ ਜਿਹੜੀ ਪੇ ਕਰਨੀ ਪਊਗੀ ਕੇਂਦਰ ਸਰਕਾਰ ਵੱਲੋਂ ਇਹ ਚ ਨਹੀਂ ਸਨ ਜਾਂ ਸਰਕਾਰੀ ਜਨਸੀਆ ਮਣੀ ਕਰਦੇ ਨੇ ਵੀ ਇਸ ਤੇ ਚੱਕਦੇ ਨਹੀਂ ਫਿਰ ਫਿਰ ਕੀ ਹੋਊਗਾ ਦੇਖੋ ਗੱਲ ਇਹ ਆ ਜਦੋਂ ਇੱਕ ਹੱਕ ਲੈਣੇ ਹੋਣ ਸੰਗੀ ਢਾਂਚਾ ਪਹਿਲਾਂ ਹੀ ਕਮਜ਼ੋਰ ਕਰ ਦਿੱਤਾ ਗਿਆ ਔਰ ਹੱਕ ਲੈਣੇ ਹੁਣ ਫਿਰ ਲੜਾਈ ਤੇ ਲੜਨੀ ਪੈਂਦੀ ਆ ਹੁਣ ਫਿਰ ਕੀ ਹੋਊਗਾ ਫਿਰ ਦੇਖਾਂਗੇ ਕੀ ਕਰਨਾ ਹੈ ਪਰ ਫਿਲਹਾਲ ਜਿਹੜਾ ਆ ਇਸ ਵੇਲੇ ਅਸੀਂ ਆਪਣਾ ਜਿਹੜਾ ਸਾਡਾ ਮਨ ਸੀ ਮਨ ਅਸੀਂ ਆਪਣਾ ਕਲੀਅਰ ਕਰ ਦਿੱਤਾ ਹੈ ਵੀ ਅਸੀਂ ਕਿੱਥੇ ਖੜੇ ਆ ਪੰਜਾਬ ਕਿੱਥੇ ਖੜਾ ਆ ਉਹ ਨਹੀਂ ਕਰਨਗੇ ਤੈਨ ਦੇਖਿਆ ਜਾਏਗਾ ਵੀ ਕੀ ਕਰ ਸਕਦੇ ਆ ਅਸੀਂ ਇਹ ਇਸ ਤਰ੍ਹਾਂ ਹੁੰਦਾ ਨਹੀਂਗਾ ਕਿ ਉਹ ਨਹੀਂ ਕਰਨਗੇ ਜਦੋਂ ਪੰਜਾਬ ਦਾ ਜਿਹਦੇ ਲਈ ਤੁਸੀਂ ਕਰ ਰਹੇ ਜਦੋਂ ਉਹ ਮੰਨਦਾ ਹੀ ਨਹੀਂ ਅਸੀਂ ਦੇ ਬਾਅਦ ਚ ਮਤਲਬ ਪਾਸ ਕੀਤਾ ਵਿਧਾਨ ਸਭਾ ਜਿਸ ਕਿਸਾਨ ਤੇ ਅੱਜ ਤੋਂ ਤਿੰਨਾਂ ਮਹੀਨਿਆਂ ਦਾ ਛੜਕ ਤੇ ਬੈਠਾ ਹੈ ਸੋ ਇਹ ਚੀਜ਼ਾਂ ਜਿਹੜੀਆਂ ਨੇ ਕਿ ਉਦੋਂ ਕੀ ਹੋਏਗਾ ਦੈਨ ਵਿਲ ਸੀ ਕੀ ਹੁੰਦਾ ਹੈ ਉਦੋਂ ਪਰ ਅਸੀਂ ਬੜੇ ਦ੍ਰਿੜ ਇਰਾਦੇ ਦੇ ਨਾਲ ਕੈਪਟਨ ਸਾਹਿਬ ਨੇ ਅੱਜ ਜਿਹੜਾ ਸਪਸ਼ਟ ਕਿਹਾ ਹੈ ਕਿ ਮੈਂ ਪੰਜਾਬ ਨਾਲ ਖੜਾ ਹਾਂ ਤੇ ਪੰਜਾਬ ਸਾਰਾ ਕੈਪਟਨ ਸਾਹਿਬ ਨਾਲ ਖੜਾ ਹੈ ਗੱਲ ਇਹ ਵੀ ਚਾਹਦੇ ਸੀ ਨਵਜੋਤ ਸਿੰਘ ਸਿੱਧੂ ਨੇ ਵੀ ਸਟੇਜ ਉੱਪਰ ਬੋਲਿਆ ਸੀ ਕਿ ਪੰਜਾਬ ਸਰਕਾਰ ਆਪਣਾ ਜਿਹੜਾ ਮੰਡੀ ਸਿਸਟਮ ਬਣਾ ਲੇ ਤੇ ਆਪ ਹੀ ਜਿਹੜੀ ਕਿਸਾਨਾਂ ਦੀ ਫਸਲ ਚੱਕਣ ਲੱਗ ਜੇ ਐਦਾਂ ਕਿਉਂ ਨਹੀਂ ਹੋ ਸਕਦਾ ਉਹ ਜੀ ਬਿਲਕੁਲ ਨਹੀਂ ਦੇਖੋ ਆਉਣ ਵਾਲੇ ਸਮੇਂ ਜਦੋਂ ਜਦੋਂ ਇਹ ਇਹ ਪ੍ਰੋਬਲਮ ਆਈ ਹੈ ਤੇ ਹੋ ਸਕਦਾ ਇਹੋ ਜਿ ਕੋਈ ਹੱਲ ਨਿਕਲਣ ਜਿਹੜੀ ਕੋਈ ਸਲਾਹ ਦਿੱਤੀ ਗਈ ਆ ਹੋ ਸਕਦਾ ਇਹਦੇ ਚੋਂ ਕੋਈ ਹੱਲੇ ਦਾ ਨਿਕਲੇ ਕੁਝ ਕੱਢ ਸਕੀਏ ਆਪਾਂ ਓਵਰਲੈਪ ਕੀਤਾ ਗਿਆ ਜੋ ਕੇਂਦਰ ਦੇ ਕਾਨੂੰਨਾਂ ਨੂੰ ਬਿਲਕੁਲ ਓਵਰਲੈਪ ਪੰਜਾਬ ਸਰਕਾਰ ਨੇ ਕਰਤਾ ਕੀ ਕੇਂਦਰ ਸਰਕਾਰ ਕੋਈ ਅਮਰਜੈਂਸੀ ਵੀ ਲਾ ਸਕਦੀ ਹੈ ਕੁਛ ਐਦਾਂ ਦਾ ਸਟੈਪ ਵੀ ਲੈ ਸਕਦੀ ਹੈ ਜਾਂ ਸਰ ਜਿਹੜਾ ਉਹਨਾਂ ਦਾ ਕੋਈ ਇਰਾਦਾ ਹੋਏਗਾ ਪੰਜਾਬ ਦੇ ਨਾਲ ਕੁਝ ਗਲਤ ਕਰਨ ਦਾ ਅਸੀਂ ਮੁਕਾਬਲਾ ਕਰਨ ਲਈ ਤਿਆਰ ਹਾਂ ਕੇਂਦਰ ਸਰਕਾਰ ਜੋ ਵੀ ਕਰਨਾ ਚਾਹੇਗੀ ਅਸੀਂ ਉਹਦੇ ਨਾਲ ਲੜਨ ਲਈ ਤਿਆਰ ਹਾਂ ਮੁੱਖ ਮੰਤਰੀ ਕਹਿੰਦੇ 40000 ਕਰੋੜ ਦਾ ਜਿਹੜਾ ਘਾਟਾ ਹੋ ਗਿਆ ਕਿਸਾਨਾਂ ਤੇ ਕਰੋਨਾ ਕਾਲ ਕਰਕੇ ਹੁਣ ਪੰਜਾਬ ਸਰਕਾਰ ਕਿਸਾਨਾਂ ਨੂੰ ਕੀ ਅਪੀਲ ਕਰਦੀ ਹੈ ਕਿ ਕਿਸਾਨਾਂ ਤੇ ਨਹੀਂ ਪੂਰੇ ਪੰਜਾਬ ਨੂੰ ਤਕਰੀਬਨ 40000 ਕਰੋੜ ਦਾ ਨੁਕਸਾਨ ਹੋਇਆ ਸੋ ਉਹ ਮੁੱਖ ਮੰਤਰੀ ਸਾਹਿਬ ਨੇ ਇਹੀ ਅਪੀਲ ਕੀਤੀ ਹੈ ਕਿ ਹੁਣ ਇੱਕ ਲੜਾਈ ਅਸੀਂ ਸੈਂਟਰ ਨਾਲ ਲੜਨੀ ਹੈ ਸੋ ਸਾਨੂੰ ਪੰਜਾਬ ਦੇ ਹਰ ਵਰਗ ਦਾ ਸੋਚਣਾ ਹੋਊਗਾ ਜਿਹੜੇ ਜ਼ਰੂਰੀ ਵਸਤਾਂ ਸਪਲਾਈ ਦਿੰਦੇ ਜਿਹੜੀਆਂ ਜ਼ਰੂਰੀ ਵਸਤਾਂ ਨੇ ਸਿਹਤ ਸਭਾਵਾਂ ਨੇ ਸਰਕਾਰੀ ادارے ਨੇ ਸਾਨੂੰ ਸਭਨਾਂ ਦਾ ਸੋਚਣਾ ਹੋਊਗਾ ਕਿਉਂਕਿ ਹੁਣ ਜੇ ਕੋਈ ਸਾਡੀ ਸਰਕਾਰ ਦਾ ਟਕਰਾਵ ਵੱਧਦਾ ਹੈ ਤੇ ਫਿਰ ਸਾਨੂੰ ਆਪਣਾ ਪ੍ਰਬੰਧ ਤੇ ਆਪ ਵੀ ਕਰਨਾ ਪਊਗਾ ਨਾ ਫਿਰ ਉਹਦੇ ਚ ਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਹਾਇਤਾ ਵੀ ਤੇ ਕਰਨੀ ਪਊ ਇੱਕ ਦੂਜੇ ਦੀ ਅਸੀਂ ਕੋਈ ਇਹੋ ਜੇ ਕੰਮ ਨਹੀਂ ਕਰਨੇ ਕਿ ਜਿਹੜਾ ਹੁਣ ਸਾਡਾ ਕੋ ਆਪਣਾ ਨੁਕਸਾਨ ਹੋ ਗਈ ਜੋਸ਼ ਔਰ ਹੌਸਲੋ ਕੰਮ ਲੈਣਾ ਹੈ ਔਰ ਕੇਂਦਰ ਸਰਕਾਰ ਨੂੰ ਮਜਬੂਰ ਕਰਨਾ ਹੈ ਕਿ ਕਿਸੇ ਤਰੀਕੇ ਦੇ ਨਾਲ ਉਹ ਜਿਹੜੇ ਬਿੱਲ ਨੇ ਵਾਪਸ ਲਵੇ